ਬਾਤ ਇਸ ਤਰ੍ਹਾਂ ਇਹ ਹੈ, ਬੇਟੇ ਨੇ ਪਲੱਸ ਟੂ ਕੀਤੀ ਸੀ ਮੈਡੀਕਲ 'ਚ, ਉਸ ਤੋਂ ਬਾਅਦ ਉਹ 16 ਸਤੰਬਰ 2020 ਸਟੱਡੀ ਵਿਜ਼ੇ 'ਤੇ ਗਿਆ ਸੀਗਾ ਇੰਗਲੈਂਡ ਦੇ ਵਿੱਚ, ਅਤੇ ਸਵਾ ਤਿੰਨ ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ। ਅਤੇ 15 ਤਰੀਕ ਨੂੰ 15-12 ਨੂੰ ਸਾਨੂੰ ਫੋਨ ਆਇਆ 4:30 ਵਜੇ, ਉਹਦੀ ਮੌਤ ਹੋ ਗਈ ਉੱਥੇ। ਕੀ ਨਾਮ ਹੈ ਬੇਟੇ ਦਾ? ਬੇਟੇ ਦਾ ਨਾਮ ਕਰਮਨਜੀਤ ਸਿੰਘ। ਉਮਰ ਕਿੰਨੀ? ਉਮਰ ਉਹਦੀ 25-26 ਸਾਲ ਲੱਗਾ ਉਹਨੂੰ ਹਜੇ। ਕਾਰਨ ਦਾ ਜੋ ਉੱਥੇ ਲੋਕ ਦੱਸਦੇ ਨੇ ਸਾਨੂੰ, ਜਿਨ੍ਹਾਂ ਨਾਲ ਸਾਡਾ ਕੰਟੈਕਟ ਹੋਇਆ, ਉਹਨਾਂ ਨੇ ਤਾਂ ਇਹੀ ਕਿਹਾ ਕਿ ਉਹ ਕੰਮ ਕਰਦੇ ਪਏ ਸੀ, ਅਤੇ ਕੰਮ ਕਰਦਿਆਂ ਉੱਤੇ ਦੀਵਾਰ ਜਿਹੜੀ ਆ ਉਹ ਡਿੱਗ ਗਈ ਆ, ਅਤੇ ਦੀਵਾਰ ਥੱਲੇ ਆ ਕੇ ਬੇਟੇ ਦੀ ਜਿਹੜੀ ਆ ਸੱਟ ਲੱਗਣ ਨਾਲ ਮੌਤ ਹੋ ਗਈ। ਹਾਂ, ਸਾਡੀ ਮੰਗ ਤਾਂ ਇਹੀ ਹੈ ਕਿ ਬੇਟੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਸਾਡੇ ਕੋਲ ਆ ਜਾਵੇ, ਤਾਂ ਜੋ ਅਸੀਂ ਉਹਦੀ ਰਸਮ ਜਿਹੜੀ ਕਿਰਿਆ ਉਹ ਕਰ ਸਕੀਏ। ਬਾਕੀ ਜਿਹੜਾ ਸਰਕਾਰ ਹੈ ਉਹਦੇ ਜਿੱਦਾਂ ਮਤਲਬ ਮਾਣਯੋਗ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ, NRA ਮਿਨਿਸਟਰ, ਉਹਨਾਂ ਨਾਲ ਵੀ ਗੱਲ ਹੋਈ, ਉਹਨਾਂ ਵੀ ਬੜਾ ਭਰੋਸਾ ਦਵਾਇਆ ਕਿ ਛੇਤੀ ਛੇਤੀ ਅਸੀਂ ਮਤਲਬ ਡੈੱਡ ਬੋਡੀ ਨੂੰ ਪਹੁੰਚਾ ਦਿਆਂਗੇ। ਅਤੇ ਉਹ ਸਾਰਾ ਐਫਰਟਸ ਜਿਹੜੇ ਆ ਇਹ ਸ਼੍ਰੀ ਰਮਨ ਬਹਿਲ ਜੀ ਜਿਹੜੇ ਚੇਅਰਮੈਨ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ, ਇਹੀ ਕਰ ਰਹੇ ਨੇ ਜ਼ਿਆਦਾ। ਅਤੇ ਮਾਨਯੋਗ ਸ਼੍ਰੀ ਲਾਲ ਚੰਦ ਕਟਾਰੂ ਚੱਕ ਨਾਲ ਵੀ ਗੱਲ ਹੋਈ ਆ ਫੋਨ 'ਤੇ, ਉਹਨਾਂ ਵੀ ਮੈਨੂੰ ਬਹੁਤ ਭਰੋਸਾ ਦਵਾਇਆ ਵੀ ਅਸੀਂ ਇਹ ਜਿਹੜਾ ਦੁੱਖ ਆ ਤੁਹਾਡਾ ਇਹਦਾ ਵਿੱਚ ਅਸੀਂ ਸ਼ਰੀਕ ਹੋਵਾਂਗੇ, ਅਤੇ ਜਲਦੀ ਤੋਂ ਜਲਦੀ ਬੱਚੇ ਦੀ ਜਿਹੜੀ ਕਰਮਨਜੀਤ ਸਿੰਘ ਦੀ ਡੈੱਡ ਬੋਡੀ ਆ ਉਹ ਅਸੀਂ ਘਰ ਪਹੁੰਚਾਉਣ ਦੇ ਜ਼ਿੰਮੇਵਾਰ ਹੋਵਾਂਗੇ। ਉੱਥੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੂਚਿਤ ਕੀਤਾ, ਉਹਨਾਂ ਨਾਲ ਕੋਈ ਗੱਲਬਾਤ ਚੱਲ ਰਹੀ ਹੈ, ਉੱਥੋਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ? ਹਾਂ, ਉਹਨਾਂ ਨਾਲ ਲਗਭਗ ਗੱਲ ਜਦੋਂ 2-3 ਵਾਰ ਤਾਂ ਹੁੰਦੀ ਆ, ਉਹ ਵੀ ਸਾਨੂੰ ਭਰੋਸਾ ਦੇ ਰਹੇ ਆ ਕਾਫੀ ਵੀ ਅਸੀਂ ਜਿਹੜੀ ਆ ਜਿੱਦਾਂ ਪੁਲਿਸ ਇਨਵੈਸਟੀਗੇਸ਼ਨ ਚੱਲਦੀ ਪਈ ਆ ਉੱਥੇ UK ਦੇ ਵਿੱਚ, ਅਤੇ ਆਫਟਰ ਇਨਵੈਸਟੀਗੇਸ਼ਨ ਜਿਹੜਾ ਉਹ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਹਵਾਲੇ ਕਰਨਗੇ, ਅਤੇ ਫਿਰ ਉਹ ਸਾਨੂੰ ਪਹੁੰਚਾਉਣਗੇ। ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਗੁਰਦਾਸਪੁਰ ਦੇ ਨੇ, ਉਹਨਾਂ ਨੇ ਵੀ ਕਾਫੀ ਸਾਡੀ ਹੈਲਪ ਕੀਤੀ ਆ, ਉਹ ਆਪਣੀ ਪ੍ਰੋਸੀਡਿੰਗ ਜਿਹੜੀ ਕਰ ਰਹੇ ਨੇ, ਉਹਨਾਂ ਨੇ ਵੀ ਜਿਹੜਾ ਅੰਬੈਸੀ ਨੂੰ ਲਿਖ ਕੇ ਭੇਜਿਆ, ਅਤੇ ਉਹ ਉਮੀਦ ਹੈ ਸਾਨੂੰ ਤਾਂ ਸਰਕਾਰ 'ਤੇ ਭਰੋਸਾ, ਅਤੇ ਆਪਣੇ ਅਫਸਰਾਂ 'ਤੇ ਮਾਨਯੋਗ DC ਸਾਹਿਬ 'ਤੇ ਭਰੋਸਾ, ਉਹ ਜਲਦੀ ਤੋਂ ਜਲਦੀ ਸਾਡੀ ਬੱਚੇ ਦੀ ਡੈੱਡ ਬੋਡੀ ਜਿਹੜੀ ਆ ਸਾਡੇ ਤੱਕ ਪੁੱਜਦੀ ਕਰਨ। ਬੇਟੇ ਨਾਲ ਪਹਿਲਾਂ ਗੱਲਬਾਤ ਹੁੰਦੀ ਸੀ, ਉਸ ਦੌਰਾਨ ਕਦੀ ਉਹਨੇ ਦੱਸਿਆ ਕਿ ਉੱਥੇ ਕੋਈ ਪਰੇਸ਼ਾਨੀ ਆ ਜਾਂ ਕੋਈ ਤੰਗ ਪਰੇਸ਼ਾਨ ਕਰਦਾ ਇਸ ਤਰ੍ਹਾਂ ਦਾ ਕੁਛ? ਨਹੀਂ, ਬੇਟਾ ਜਦੋਂ ਦਾ ਗਿਆ ਆ ਨਾ ਉਦੋਂ ਦਾ ਬਹੁਤ ਖੁਸ਼ ਸੀ ਉਹ, ਲਗਭਗ ਸਾਨੂੰ ਡੇਲੀ ਸ਼ਾਮ ਨੂੰ ਗੱਲ ਕਰਦਾ ਸੀ ਉਹ, ਅਤੇ ਕਦੇ ਵੀ ਉਹਨੇ ਕੋਈ ਇਹੋ ਜਿਹੀ ਮੁਸ਼ਕਲ ਜ਼ਾਹਰ ਨਹੀਂ ਕੀਤੀ, ਹਮੇਸ਼ਾ ਹੀ ਖੁਸ਼ੀਆਂ ਵਿੱਚ ਰਹਿੰਦਾ ਸੀ ਕਿਉਂਕਿ ਉੱਥੇ ਕੰਮਕਾਰ ਕਰਦਾ ਸੀ, ਅਤੇ ਆਪਣੇ ਆਪ ਵਿੱਚ ਬਹੁਤ ਖੁਸ਼ ਸੀ, ਸਾਡੇ ਨਾਲ ਵੀ ਜਿਹੜੀਆਂ ਗੱਲਾਂ ਕਰਦਾ ਸੀ ਸਾਨੂੰ ਵੀ ਖੁਸ਼ੀ ਦਿੰਦਾ ਸੀ, ਪਰ ਇਹ ਜਿਹੜਾ ਕੰਮ ਹੈ ਇਹ ਸਾਨੂੰ ਸਾਰੀਆਂ ਖੁਸ਼ੀਆਂ ਜਿਹੜੀਆਂ ਸਾਡੀਆਂ ਉਹ ਤਬਾਹ ਹੋ ਗਈਆਂ। ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ ਵੀ? ਪ੍ਰਸ਼ਾਸਨ ਕੋਲ ਤਾਂ ਇੱਕ ਹੀ ਮੰਗ ਆ ਸਾਡੀ ਕਿ ਜਿਹੜਾ ਨੁਕਸਾਨ ਹੋਣਾ ਉਹ ਤਾਂ ਗਿਆ, ਹੋ ਸਾਡਾ ਬੱਚਾ ਜਿਹੜਾ ਉਹ ਤਾਂ ਚਲਾ ਗਿਆ, ਉਹਦੀ ਡੈੱਡ ਬੋਡੀ ਹੈ ਜਿਹੜੀ ਉਹ ਸਾਨੂੰ ਜਲਦੀ ਤੋਂ ਜਲਦੀ ਪਹੁੰਚਾਈ ਜਾਵੇ, ਬਸ ਇਹੀ ਆ ਆਖਰੀ ਮੰਗ ਸਾਡੀ, ਇਹੀ ਆ। ਅਤੇ ਭਰੋਸਾ ਵੀ ਅਸੀਂ ਸਰਕਾਰ 'ਤੇ ਅਤੇ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ 'ਤੇ ਕਰਦੇ ਹਾਂ ਕਿ ਸਾਨੂੰ ਸਾਡੀ ਮਦਦ ਕਰਨ। ਇਹ ਕਰਮਨਜੀਤ 26 ਸਾਲ, 3 ਸਾਲ 3 ਮਹੀਨੇ ਹੋਇਆ ਉਹਨਾਂ ਨੂੰ ਗਿਆ, ਉਹ ਇੰਗਲੈਂਡ ਗਿਆ ਸੀ ਲੰਡਨ 'ਚ ਸਾਊਥ ਵਾਲ। ਬਾਰਾਂ ਤਰੀਕ ਦੀ ਡੈਥ ਕਹਿੰਦੇ ਹੋਈ ਆ ਸਾਨੂੰ, ਅਤੇ 15 ਨੂੰ ਪਤਾ ਲੱਗਾ ਹੈ ਕਿ ਕੰਮ ਕਰਕੇ ਨੀਚੇ ਆਇਆ ਵਾ, ਦੀਵਾਰ ਡਿੱਗ ਗਈ ਉਹਦੇ 'ਤੇ,
ਹੁਣ ਇਹ ਨਹੀਂ ਪਤਾ ਕਿ ਉਸ ਟਾਈਮ 'ਤੇ ਮੌਤ ਹੋ ਗਈ ਆ ਜਾਂ ਹੋਸਪਿਟਲ ਜਾ ਕੇ ਹੋਈ ਆ, ਇਸ ਬਾਰੇ ਸਾਨੂੰ ਕੋਈ ਪਤਾ ਨਹੀਂ। ਅਸੀਂ ਉਹਨੂੰ ਆਉਣ ਵੱਲੋਂ ਕਹਿੰਦੇ ਸੀ, ਉਹ ਕਹਿੰਦੇ ਮੈਂ ਮਾਤਾ ਮੈਂ ਇੱਥੇ ਹੀ ਖੁਸ਼ ਹਾਂ, ਮੈਂ ਇੰਡੀਆ ਆਵਾਂਗਾ 24 ਵਿੱਚ ਆਵਾਂਗਾ, ਪਰ 24 ਤੋਂ ਪਹਿਲਾਂ ਹੀ ਇਸ ਤਰ੍ਹਾਂ ਹੋ ਗਿਆ। ਰਮਨ ਪਹਿਲ ਹੀ ਆਇਆ, ਹੋਰ ਕੋਈ ਨਹੀਂ ਆਇਆ। ਉਹਨਾਂ ਨੇ ਤਾਂ ਇਹੀ ਕਿਹਾ ਹੈ ਕਿ ਤੁਹਾਡੀ ਬੋਡੀ ਜਿਹੜੀ ਆ ਉਹ ਜਲਦੀ ਤੋਂ ਜਲਦੀ ਪਹੁੰਚਾਈ ਜਾਏਗੀ। ਮੈਂ ਤਾਂ ਇਹੀ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਬੱਚਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ, ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਨੌਬਤੀ ਨਾ ਆਵੇ ਕੋਈ। ਪ੍ਰਸ਼ਾਸਨ ਨੂੰ ਅਪੀਲ ਕਰਨੀ ਆ ਕਿ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ, ਬੱਚੇ ਬਾਹਰ ਜਾਣ ਹੀ ਨਾ, ਡੈੱਡ ਬੋਡੀ ਜਲਦੀ ਤੋਂ ਜਲਦੀ ਪਹੁੰਚਾਈ ਜਾਵੇ ਮੇਰੇ ਬੱਚੇ ਦੇ ਘਰ। ਸੋਹਨ ਲਾਲ ਜੀ, ਮੇਰਾ ਭਤੀਜਾ ਅਕਰਮਨਜੀਤ ਸਿੰਘ ਜੋ ਇੰਗਲੈਂਡ 'ਚ ਗਿਆ ਸੀਗਾ, ਉੱਥੇ ਉਹਨਾਂ ਦੀ ਸਾਨੂੰ ਫੋਨ ਆਇਆ 15 ਤਰੀਕ ਨੂੰ ਕਿ ਉਹਨਾਂ ਦੀ ਮੌਤ ਹੋ ਗਈ ਆ ਦੀਵਾਰ ਡਿੱਗਣ ਕਰਕੇ। ਛੱਬੀਵਾਂ ਸਾਲ ਲੱਗਾ ਸੀ ਬੇਟੇ ਨੂੰ। ਸਾਨੂੰ ਫੋਨ ਆਇਆ ਸੀ ਮੇਰੇ ਬ੍ਰਦਰ ਨੂੰ ਉੱਥੋਂ ਐਮਐਸਸੀ ਵੱਲੋਂ ਵੀ ਤੁਹਾਡੇ ਲੜਕੇ ਦੀ ਡੈੱਥ ਹੋ ਗਈ ਹੈ, ਹੁਣ ਮੌਤ ਕਿੱਦਾਂ ਹੋਈ ਹੈ, ਇਲਾਜ ਹਸਪਤਾਲ ਜਾ ਕੇ ਹੋਈ ਹੈ ਕਿ ਜਾਂ ਐਂਡ ਮੌਕੇ 'ਤੇ ਹੋਈ ਹੈ, ਇਸ ਬਾਰੇ ਨਹੀਂ ਪਤਾ। ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪਹੁੰਚਾਈ ਜਾਵੇ ਤਾਂ ਜੋ ਅਸੀਂ ਬੱਚੇ ਦਾ ਅੰਤਿਮ ਸੰਸਕਾਰ ਕਰ ਸਕੀਏ। ਸਰਕਾਰ ਅੱਗੇ ਅਪੀਲ ਕਰਦੇ ਵੀ ਵੱਧ ਤੋਂ ਵੱਧ ਨੌਕਰੀਆਂ ਇੱਥੇ ਦਿੱਤੇ ਜਾਣ, ਤਾਂ ਜੋ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਨੇ ਉਹ ਨਾ ਜਾਣ ਅਤੇ ਇੱਦਾਂ ਦੀ ਘਟਨਾ ਨਾ ਵਾਪਰੇ। ਹਾਂਜੀ, ਉੱਧਰੋਂ ਅੰਬੈਸੀ ਨਾਲ ਫੋਨ ਇੱਕ ਦੋ ਵਾਰਾਂ ਹੋਇਆ ਸਾਡਾ, ਉਹ ਕਾਗਜ਼ਾਤ ਕੰਪਲੀਟ ਕਰ ਰਹੇ ਨੇ, ਇਨਵੈਸਟੀਗੇਸ਼ਨ ਚੱਲ ਰਹੀ ਆ, ਇਸ ਕਰਕੇ ਡੈੱਡ ਬੋਡੀ ਸਾਡੀ ਜਿਹੜੀ ਆ ਜਲਦੀ ਤੋਂ ਜਲਦੀ ਘਰ ਪਹੁੰਚਾਉਣ ਦੀ ਮਦਦ ਕੀਤੀ ਜਾਏ ਸਾਡੀ। ਤਾਂ ਘਟਨਾ 12 ਤਰੀਕ ਦੀ ਆ ਅਤੇ 15 ਤਰੀਕ ਨੂੰ ਸਾਨੂੰ ਪਤਾ ਲੱਗਾ।